ਜੀਰਾ ਦੀ ਹੱਦ ਨਾਲ ਲੱਗਦੇ ਫਿਰੋਜ਼ਪੁਰ ਦੇ ਕਸਬਾ ਮੰਨਾਵਾਲਾ ਦੇ ਸ਼ਮਸ਼ਾਨ ਘਾਟ ਵਿੱਚ ਬੀਤੇ ਦਿਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਗੁਟਕੇ ਦੇ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਕਾਰਨ ਇਲਾਕੇ ਵਿੱਚ ਭਾਰੀ ਰੋਸ ਪਾਇਆ ਗਿਆ। ਹੁਣ ਮਿਲੀ ਜਾਣਕਾਰੀ ਮੁਤਾਬਕ DSP ਜੀਰਾ ਜਸਪਾਲ ਸਿੰਘ ਅਤੇ ਥਾਣਾ ਮੰਨਾਵਾਲਾ ਭੁਪਿੰਦਰ ਦੀ ਟੀਮ ਨੇ ਇਸ ਮਾਮਲੇ ਦੀ ਸੁਲਝਾ ਲਿਆ। ਦੱਸਣਯੋਗ ਹੋਵੇਗਾ ਕਿ ਸ਼ਮਸ਼ਾਨ ਘਾਟ ਵਿੱਚ ਰਹਿੰਦੇ ਬਜ਼ੁਰਗ ਦੀ ਪਤਨੀ ਨੇ ਗੁਟਕਾ ਸਾਹਿਬ ਕਮਰੇ ਵਿੱਚ ਰੱਖਿਆ ਸੀ, ਜੋ 1.5 ਸਾਲ ਪਹਿਲਾਂ ਹੀ ਸਵਰਗ ਸਿਧਾਰ ਗਏ ਨੇ। ਇਸ ਤਰ੍ਹਾਂ ਬਜ਼ੁਰਗ ਨੂੰ ਗਿਟਕਾ ਸਾਹਿਬ ਦਾ ਪਤਾ ਨਹੀਂ ਸੀ, ਜੋ ਪਿਆ ਪਿਆ ਬਿਰਧ ਹੋ ਗਿਆ ਅਤੇ ਪਏ ਹੋਏ ਗੁਟਕੇ ਦੇ ਅੰਗਾਂ ਨੂੰ ਚੂਹਾ ਕੁੱਤਰ ਗਿਆ। ਹੁਣ ਜੋ ਬਜ਼ੁਰਗ ਦੀ ਬੇਟੀ, ਜਿਸ ਦੀ ਉਮਰ 11-12 ਸਾਲ ਹੈ, ਜੋ ਕਿ ਮਾਨਸਿਕ ਤੌਰ ਤੇ ਠੀਕ ਨਹੀਂ ਸੀ, ਉਸਨੇ ਹੀ ਕੁੱਤਰੇ ਹੋਏ ਗੁਟਕਾ ਸਾਹਿਬ ਦੇ ਅੰਗਾਂ ਨੂੰ ਕਮਰੇ ਵਿੱਚੋਂ ਬਾਹਰ ਸੁੱਟ ਦਿੱਤੇ, ਜਿਸ ਕਾਰਨ ਲੋਕਾਂ ਨੇ ਸਮਝਿਆ ਕਿ ਗੁਟਕਾ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਇਸ ਮੌਕੇ ਉੱਤੇ ਸਿੱਖ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਾਜ਼ਰ ਰਹੇ। ਬਜ਼ੁਰਗ ਆਪਣਾ ਬਾਬਾ ਕੇਰ ਸਿੰਘ ਰਹਿੰਦਾ ਅਤੇ ਉਹਦੀ ਉਮਰ ਵਾਹਵਾ ਕਾਫੀ ਆ, ਅਤੇ ਪਹਿਲਾਂ ਉਹ ਆਪਣਾ ਇੱਥੇ ਪਾਠ ਕਰਦਾ ਸੀ ਅਤੇ ਉਹ ਇੱਥੇ ਸ਼ਮਸ਼ਾਨ ਘਾਟ ਰਹਿੰਦਾ। ਇੱਕ ਉਹਨੇ ਆਪਣੀ ਗੋਦ ਬੇਟੀ ਲਈ ਆ, ਅਰਸ਼ਦੀਪ ਕੌਰ, ਅਤੇ ਮੰਦ ਬੁੱਧੀ ਉਹਦੀ, ਅਤੇ ਉਹਦੀ ਜਿਹੜੀ ਆਪਣੀ ਅਲਮਾਰੀ ਸੀ ਲੱਕੜ ਦੀ, ਉਹਦੇ ਪੁਰਾਣੇ ਕੋਈ ਉਹਦੇ 'ਚ ਗੁਟਕਾ ਸਾਹਿਬ ਪਏ ਸੀ, ਜਿਹੜੇ ਚੂਹੇ ਨੇ ਕੁੱਤਰੇ ਸੀ ਅੰਗ, ਅਤੇ ਉਹ ਬੇਟੀ ਨੇ ਕਿਤੇ ਕੱਲ੍ਹ ਬੋਕਰ ਮਾਰ ਕੇ ਕਿਤੇ ਢੇਰੀ ਲਾਈ, ਉਹ ਹਨੇਰੀ ਨਾਲ ਸ਼ਮਸ਼ਾਨ ਘਾਟ ਅੰਦਰ ਗਏ, ਅਤੇ ਕਿਸੇ ਨੂੰ ਕੋਈ ਕਿਸੇ 'ਤੇ ਸ਼ੱਕ ਨਹੀਂ ਆ।